ਦੋਸਤੋ, ਜੇਕਰ ਤੁਸੀਂ ਨਵੇਂ ਯੂਜ਼ਰ ਹੋ ਤਾਂ ਇੰਸਟਾਗ੍ਰਾਮ 'ਤੇ ਸਾਨੂੰ ਫੋਲੋ, ਫੇਸਬੁੱਕ 'ਤੇ ਸਾਡਾ ਪੇਜ ਲਾਈਕ ਅਤੇ ਯੂਟਿਊਬ 'ਤੇ ਸਾਡਾ ਚੈਨਲ ਲਾਈਵ ਪੰਜਾਬੀ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਬੈੱਲ ਦਾ ਆਈਕਨ ਦਬਾਉਣਾ ਨਾ ਭੁੱਲਣਾ, ਕਿਉਂਕਿ ਮੈਂ ਅਜਿਹੀ ਵੀਡੀਓਸ ਲੈ ਕੇ ਆਉਂਦਾ ਰਹਿੰਦਾ ਹਾਂ। ਦੋਸਤੋ, ਇਹ ਜਿਹੜੀ ਬੂਟੇ ਦੀ ਫੋਟੋ ਤੁਸੀਂ ਵੇਖ ਰਹੇ ਹੋ, ਇਹ ਬੂਟਾ ਤਕਰੀਬਨ 400 ਸਾਲ ਪੁਰਾਣਾ ਹੈ, ਜਿਸ ਨੂੰ ਸੰਨ 1962 ਵਿੱਚ ਜਪਾਨ ਵਿੱਚ ਚਲਾਇਆ ਗਿਆ ਸੀ। ਇਹ ਬੂਟਾ ਹੀਰੋਸ਼ੀਮਾ ਦੇ ਏਰੀਏ ਤੋਂ ਦੂਰ ਸੀ, ਜਿਸ ਕਰਕੇ ਜਦੋਂ ਸੰਨ 1945 ਵਿੱਚ ਹੀਰੋਸ਼ੀਮਾ 'ਤੇ ਐਟਮ ਬੰਬ ਸਿੱਟਿਆ ਗਿਆ ਸੀ ਤਾਂ ਇਹ ਉਸ ਏਰੀਏ ਤੋਂ 3 ਕਿਲੋਮੀਟਰ ਦੂਰ ਹੋਣ ਕਰਕੇ ਬਚ ਗਿਆ ਸੀ। ਅਤੇ ਜਦੋਂ ਸੰਨ 1976 ਵਿੱਚ ਜਪਾਨ ਅਤੇ ਅਮਰੀਕਾ ਦੇ ਆਪਸੀ ਸੰਬੰਧ ਠੀਕ ਹੋ ਗਏ ਸਨ ਤਾਂ ਜਪਾਨ ਵਾਲਿਆਂ ਨੇ ਇਹ ਬੂਟਾ ਗਿਫਟ ਵਜੋਂ ਅਮਰੀਕਾ ਵਾਲਿਆਂ ਨੂੰ ਦਿੱਤਾ ਅਤੇ ਇਹ ਬੂਟਾ ਅਮਰੀਕਾ ਵਿੱਚ ਅੱਜ ਵੀ ਸਹੀ ਸਲਾਮਤ ਹੈ। ਸੋ ਦੋਸਤੋ, ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ, ਹੈਲੋ, ਨਮਸਤੇ, ਸਲਾਮ। ਮੈਂ ਤੁਹਾਡਾ ਆਪਣਾ ਪਰਮਵੀਰ ਧਮਾਨ LPF ਯਾਨੀ ਕਿ ਲਾਈਵ ਪੰਜਾਬੀ ਫੈਕਟ ਵੀਡੀਓ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਲਾਈਵ ਪੰਜਾਬੀ ਫੈਕਟ। ਤੁਹਾਨੂੰ ਗੱਡੀਆਂ ਦੀਆਂ ਕੰਪਨੀਆਂ ਦੇ ਨਾਮ ਜਿਵੇਂ ਕਿ ਪੋਰਸ਼ੇ, ਬੈਂਟਲੇ, ਬੁਗਾਟੀ, ਲੈਂਬਰਗਿਨੀ, ਔਡੀ ਆਦਿ ਪੰਜਾਬੀ ਗੀਤਾਂ ਵਿੱਚ ਜ਼ਰੂਰ ਸੁਣਨ ਨੂੰ ਮਿਲਦੇ ਹਨ ਅਤੇ ਇੰਝ ਲੱਗਦਾ ਹੈ ਕਿ ਇਹਨਾਂ ਦੇ ਮਾਲਕ ਵੀ ਅਲੱਗ ਅਲੱਗ ਹੋਣਗੇ। ਪਰ ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਅੱਜ ਦੇ ਸਮੇਂ ਵੋਕਸਵੈਗਨ ਕੰਪਨੀ ਇਹਨਾਂ ਸਾਰੀਆਂ ਕੰਪਨੀਆਂ ਜਿਵੇਂ ਕਿ ਬੈਂਟਲੇ, ਬੁਗਾਟੀ, ਲੈਂਬਰਗਿਨੀ, ਔਡੀ, ਡੁਕੈਟੀ, ਸਕੋਡਾ, ਸਕੈਨੀਆ ਅਤੇ ਪੋਰਸ਼ ਕੰਪਨੀ ਦੀ ਮਾਲਕ ਹੈ। ਅਮਰੀਕਾ ਦੇ ਵਿੱਚ ਬੇਸਬਾਲ ਬਹੁਤ ਹੀ ਜ਼ਿਆਦਾ ਖੇਡਿਆ ਜਾਂਦਾ ਹੈ, ਜਿਸ ਕਰਕੇ World War II ਦੇ ਸਮੇਂ ਅਮਰੀਕਾ ਦੀ ਆਰਮੀ ਲਈ ਇੱਕ ਖਾਸ ਤਰ੍ਹਾਂ ਦੇ ਗ੍ਰਨੇਡ ਤਿਆਰ ਕੀਤੇ ਗਏ ਸਨ, ਜਿਨ੍ਹਾਂ ਦੀ ਸ਼ੇਪ ਬੇਸਬਾਲ ਦੀ ਗੇਂਦ ਵਰਗੀ ਹੁੰਦੀ ਸੀ। ਇਸ ਦਾ ਨਾਮ T-13 ਗ੍ਰਨੇਡ ਸੀ। ਇਸ ਦੇ ਥੱਲੇ ਨੂੰ ਉਂਗਲ ਵਿੱਚ ਫਸਾ ਕੇ ਬੇਸਬਾਲ ਦੀ ਗੇਂਦ ਵਾਂਗ ਫੌਜੀ ਦੁਸ਼ਮਣਾਂ ਵੱਲ ਸੁੱਟਦੇ ਸਨ, ਜਿਸ ਕਰਕੇ ਇਸ ਦੀ ਪਿੰਨ ਫੌਜੀਆਂ ਦੇ ਹੱਥਾਂ ਵਿੱਚ ਹੀ ਰਹਿ ਜਾਂਦੀ ਸੀ ਅਤੇ ਗ੍ਰਨੇਡ ਦੂਰ ਚਲਾ ਜਾਂਦਾ। ਸਾਲ 2011 ਵਿੱਚ ਬ੍ਰਾਜ਼ੀਲ ਦੇ ਇੱਕ ਵਿਅਕਤੀ ਨੂੰ ਤੇਲ ਨਾਲ ਲਿਬੜਿਆ ਹੋਇਆ ਇੱਕ ਪੈਂਗੁਇਨ ਮਿਲਿਆ, ਜੋ ਕਿ ਲਗਭਗ ਮਰਨ ਦੀ ਹਾਲਤ ਵਿੱਚ ਸੀ। ਉਸ ਵਿਅਕਤੀ ਨੇ ਇਸਦਾ ਇਲਾਜ ਕੀਤਾ ਅਤੇ ਇਸ ਨੂੰ ਬਚਾ ਲਿਆ, ਜਿਸ ਕਰਕੇ ਹੁਣ ਇਹ ਪੈਂਗੁਇਨ ਹਰ ਸਾਲ 8,000 ਕਿਲੋਮੀਟਰ ਤੈਰ ਕੇ ਸਮੁੰਦਰ ਦਾ ਸਫ਼ਰ ਤੈਅ ਕਰਕੇ ਇਸ ਵਿਅਕਤੀ ਨੂੰ ਮਿਲਣ ਆਉਂਦਾ ਹੈ। ਪੈਂਗੁਇਨ ਦੇ ਨਾਲ ਇੱਕ ਹੋਰ ਵੀ ਫੈਕਟ ਹੈ ਕਿ ਜੇਕਰ ਪੈਂਗੁਇਨ ਦਾ ਆਂਡਾ ਉਬਾਲਿਆ ਜਾਵੇ ਤਾਂ ਇਸਦਾ ਜੋ ਚਿੱਟੇ ਰੰਗ ਦਾ ਹਿੱਸਾ ਹੁੰਦਾ ਹੈ ਉਹ ਟ੍ਰਾਂਸਪੇਰੈਂਟ ਹੋ ਜਾਂਦਾ ਹੈ ਅਤੇ ਜੋ ਵਿੱਚ ਵਾਲਾ ਪੀਲੇ ਜਾਂ ਸੰਤਰੀ ਰੰਗ ਦਾ ਭਾਗ ਹੁੰਦਾ ਹੈ ਉਹ ਬਾਹਰ ਤੋਂ ਹੀ ਦਿਖਣ ਲੱਗ ਜਾਂਦਾ ਹੈ। ਸੰਨ 1980 ਵਿੱਚ 62 ਸਾਲਾਂ ਦਾ ਮਨੁੱਖ ਜਿਸਦਾ ਨਾਮ ਐਡਵਿਨ ਰੋਬਿਨਸਨ ਸੀ, ਜਿਸ ਨੂੰ ਨਾ ਤਾਂ ਦਿਖਦਾ ਸੀ ਅਤੇ ਨਾ ਹੀ ਸੁਣਦਾ ਸੀ, ਇਸ ਮਨੁੱਖ 'ਤੇ ਇੱਕ ਵਾਰ ਰਾਤ ਨੂੰ ਬਿਜਲੀ ਗਿਰੀ ਪਰ ਇਹ ਮਨੁੱਖ ਬਚ ਗਿਆ। ਜਦੋਂ ਇਹ ਸਵੇਰੇ ਉੱਠਿਆ ਤਾਂ ਇਸ ਨੂੰ ਅੱਖਾਂ ਤੋਂ ਦਿਖਣ ਅਤੇ ਕੰਨਾਂ ਤੋਂ ਸੁਣਾਈ ਦੇਣ ਲੱਗ ਪਿਆ। ਕਹਿਣ ਦਾ ਮਤਲਬ, ਕੁੱਬੇ ਦੇ ਲੱਤ ਵਿੱਚ ਰਾਸ ਆ ਗਈ। ਤੁਹਾਨੂੰ ਇਹ ਕੋਈ ਮਜ਼ਾਕ ਲੱਗਦਾ ਹੋਵੇਗਾ ਪਰ ਇਹ ਸੱਚ ਹੈ। ਲੰਡਨ ਵਿੱਚ 10,000 ਤੋਂ ਵੀ ਜ਼ਿਆਦਾ ਲੂੰਬੜੀਆਂ ਹਨ, ਜਿਸ ਕਰਕੇ ਇਹ ਆਮ ਲੋਕਾਂ ਵਿੱਚ ਇਸ ਤਰ੍ਹਾਂ ਫਿਰਦੀਆਂ ਰਹਿੰਦੀਆਂ ਹਨ ਜਿਵੇਂ ਕਿ ਲੁਧਿਆਣੇ ਦੇ ਵਿੱਚ ਆ ਗਏ। ਪਾਸਪੋਰਟ ਤਾਂ ਹਰ ਕੋਈ ਬਣਾ ਲੈਂਦਾ ਹੈ ਪਰ ਵੀਜ਼ਾ ਲਗਵਾਉਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੇਕਰ ਤੁਹਾਡੇ ਕੋਲ ਜਪਾਨ ਦਾ ਪਾਸਪੋਰਟ ਹੈ ਤਾਂ ਤੁਹਾਨੂੰ ਵੀਜ਼ਾ ਲਗਵਾਉਣ ਵਿੱਚ ਕੋਈ ਖਾਸ ਦਿੱਕਤ ਨਹੀਂ ਆਵੇਗੀ, ਕਿਉਂਕਿ ਜਪਾਨ ਦੇ ਪਾਸਪੋਰਟ ਨਾਲ ਤੁਸੀਂ 190 ਦੇਸ਼ਾਂ ਵਿੱਚ ਵੀਜ਼ਾ ਫ੍ਰੀ ਜਾਂ ਵੀਜ਼ਾ ਔਨ ਅਰਾਈਵਲ ਵਿੱਚ ਜਾ ਸਕਦੇ ਹੋ, ਜਿਸ ਕਰਕੇ ਜਪਾਨ ਦਾ ਪਾਸਪੋਰਟ ਸਭ ਤੋਂ ਪਾਵਰਫੁੱਲ ਪਾਸਪੋਰਟ ਹੈ ਸਾਲ 2019 ਦਾ। ਡੀਜ਼ਲ ਇੰਜਨ ਦੀ ਖੋਜ ਕਰਨ ਵਾਲੇ ਰੁਡੋਲਫ ਡੀਜ਼ਲ ਨੇ ਸੰਨ 1913 ਵਿੱਚ ਆਤਮ ਹੱਤਿਆ ਕਰ ਲਈ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਖੋਜ ਨੂੰ ਸਫਲਤਾ ਨਹੀਂ ਮਿਲੇਗੀ ਅਤੇ ਉਹਨਾਂ ਦੀ ਮੌਤ ਤੋਂ 14 ਸਾਲ ਬਾਅਦ ਡੀਜ਼ਲ ਇੰਜਨ ਦੀ ਖੋਜ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਆਈਸਲੈਂਡ ਦੁਨੀਆ ਦਾ ਇੱਕੋ ਇੱਕ ਅਜਿਹਾ ਦੇਸ਼ ਹੈ ਜਿੱਥੇ ਸੱਪ, ਮੱਛਰ ਅਤੇ ਇਸ ਕਿਸਮ ਦਾ ਹੋਰ ਕੋਈ ਵੀ ਜੀਵ ਨਹੀਂ ਹੈ ਅਤੇ ਇੱਥੇ ਮੱਕੜੀਆਂ ਦੀਆਂ ਵੀ ਬਹੁਤ ਘੱਟ ਪ੍ਰਜਾਤੀਆਂ ਹਨ ਜਿਨ੍ਹਾਂ ਵਿੱਚ ਮਨੁੱਖ ਲਈ ਕੋਈ ਵੀ ਹਾਨੀ ਕਰ ਸਕਦੀ। ਦੋਸਤੋ, ਅਮਰ ਸਿੰਘ ਚਮਕੀਲਾ ਜੀ ਬਾਰੇ ਤਾਂ ਤੁਸੀਂ ਜਾਣਦੇ ਹੋਵੋਗੇ, ਜੇ ਨਹੀਂ ਜਾਣਦੇ ਤਾਂ ਤੁਹਾਡੇ 'ਤੇ ਲੱਖ ਦੀ ਲਾਹਨਤ। ਅਮਰ ਸਿੰਘ ਜੀ ਚਮਕੀਲਾ ਬਾਲੀਵੁੱਡ ਐਕਟਰਾਂ ਵਿੱਚੋਂ ਅਮਿਤਾਭ ਬੱਚਨ ਜਾਂ ਕਹਿ ਲਵੋ ਕਿ ਲੰਬੂ ਦੇ ਬਹੁਤ ਵੱਡੇ ਫੈਨ ਸਨ, ਜਿਸ ਕਰਕੇ ਉਹ ਲੰਬੂ ਵਾਂਗ ਹੀ ਐਨਕਾਂ ਅਤੇ ਪੈਂਟ ਕਮੀਜ਼ ਪਾਉਣਾ ਪਸੰਦ ਕਰਦੇ ਸਨ। ਰੋਲਸ ਰੋਇਸ ਕਾਰ ਤੁਸੀਂ ਅਕਸਰ ਪੰਜਾਬੀ ਗੀਤਾਂ ਵਿੱਚ ਜ਼ਰੂਰ ਵੇਖੀ ਹੋਵੇਗੀ, ਜੋ ਕਿ ਦੁਨੀਆ ਦੀਆਂ ਮਹਿੰਗੀਆਂ ਗੱਡੀਆਂ ਵਿੱਚੋਂ ਇੱਕ ਹੈ। ਇਸ ਗੱਡੀ ਦਾ ਇੰਜਣ ਇੰਨਾ ਸ਼ਾਂਤ ਹੁੰਦਾ ਹੈ ਕਿ ਤੁਹਾਨੂੰ ਆਪਣੀ ਘੜੀ ਦੀ ਟਿਕ ਵੀ ਸੁਣਾਈ ਦੇਵੇ। ਸੋ ਦੋਸਤੋ, ਅੱਜ ਦੀ ਵੀਡੀਓ 'ਚ ਇੰਨਾ ਹੀ। ਜੇਕਰ ਤੁਸੀਂ ਰੋਲਸ ਰੋਇਸ ਕੰਪਨੀ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਕਿ ਇਸ ਕੰਪਨੀ ਨੂੰ ਕਿਸਨੇ ਅਤੇ ਕਦੋਂ ਬਣਾਇਆ ਤਾਂ ਇਸ 'ਤੇ ਮੈਂ ਇੱਕ ਪਹਿਲਾਂ ਹੀ ਵੀਡੀਓ ਬਣਾਈ ਹੋਈ ਹੈ, ਜਿਸ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ। ਜੇਕਰ ਤੁਸੀਂ ਅਜਿਹੀ ਵੀਡੀਓ ਨਹੀਂ ਮਿਸ ਕਰਨਾ ਚਾਹੁੰਦੇ ਤਾਂ ਟਿਕਟੋਕ ਅਤੇ ਇੰਸਟਾਗ੍ਰਾਮ 'ਤੇ ਸਾਨੂੰ ਫੋਲੋ ਕਰ ਲਓ ਅਤੇ ਫੇਸਬੁੱਕ 'ਤੇ ਸਾਡਾ ਪੇਜ ਲਾਈਵ ਪੰਜਾਬੀ ਫੈਕਟਸ ਜ਼ਰੂਰ ਲਾਈਕ ਕਰੋ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਇਹ ਜਾਣਕਾਰੀ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ 6,000 ਜ਼ਰੂਰ ਕਰਨਾ। ਜੇਕਰ ਤੁਹਾਨੂੰ ਚੰਗਾ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਥੈਂਕ ਯੂ, ਲਵ ਯੂ ਆਲ। ਪਹਿਲੇ ਲਲਕਾਰ ਨਾਲ ਮੈਂ ਡਰ ਗਈ, ਉਹ ਦੂਜੇ ਲਲਕਾਰ 'ਚ ਅੰਦਰ ਵੜ ਗਈ, ਉਹ ਤੀਜੇ ਲਲਕਾਰ